श्री कष्ट निवारण बालाजी सेवा परिवार के प्रमुख और विधायक रमन अरोड़ा के प्रयास से साई दास स्कूल पटेल चौक ग्राउंड में आयोजित श्रीमद् भागवत कथा के पांचवे दिन की शुरुआत महानगर के डिप्टी कमिश्नर विशेष सारंगल डॉक्टर कमलप्रीत सारंगल विधायक शीतल अंगुराल मितू अंगुराल राजन अंगुराल आप वरिष्ठ नेता मोहिंदर भगत मनोज नन्ना सहित विश्व विख्यात आध्यात्मिक प्रवक्ता जया किशोरी आयोजक प्रमुख विधायक रमन अरोड़ा राजकुमार मदान महेश मखीजा कविता सेठ शवेता धीर पूर्व पार्षद सुनीता रिंकू लवली स्वीट के मालिक नरेश मित्तल रमेश मित्तल मधु मित्तल रश्मि मित्तल ने संयुक्त रूप से दीप प्रज्वलित कर श्रीमद भागवत कथा ज्ञान यज्ञ के पांचवे दिन विश्व विख्यात आध्यात्मिक प्रवक्ता जया किशोरी ने भगवान श्री कृष्ण की बाल लीलाओं का सुमधुर वर्णन किया भक्तों ने गोवर्धन पूजा का सजीव चित्रण कर भगवान को छप्पन भोग लगाए कथा के दौरान जया किशोरी के साथ कृष्ण लीला में कान्हा की भक्ति से सराबोर होकर भजनों पर श्रद्धालु झूमते हुए नजर आए इस अवसर पर गणमान्यों द्वारा आयोजक प्रमुख विधायक रमन अरोड़ा गीता अरोड़ा राजकुमार मदान राधा मदान महेश मखीजा ममता मखीजा बॉबी मखीजा राहुल बाहरी दविंदर वर्मा को विशेष सम्मान से नवाजते हुए भविष्य में भी ऐसे सफल आयोजन करने के लिए प्रोत्साहित किया जालंधर से हलचल के लिए कैमरामैन राजवीर की रिपोर्ट हर साल की तरह इस साल भी जो ਸ਼੍ਰੀ ਕਸ਼ਟ ਨਿਵਾਰਨ ਬਾਲਾ ਜੀ ਪਰਿਵਾਰ ਵੱਲੋਂ ਜੋ ਬਹੁਤ ਹੀ ਉੱਚ ਪੱਧਰ ਦੇ ਉੱਪਰ ਬਗਵਦ ਗਥਾ ਦਵੀ ਮੋਚਨ ਕਾਫੀ ਦਿਨਾਂ ਤੋਂ ਅੰਤਰਰਾਸ਼ਟਰੀ ਕਥਾਵਾਚਕ ਦੀਦੀ ਜਯਾ ਕਛੋਰੀ ਜੀ ਸਾਨੂੰ ਸਾਰਿਆਂ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਨੂੰ ਇਤਨੇ ਮਹਾਨ ਕਥਾਵਾਚਕ ਦਾ ਪਰਮਜਨ ਸੁੰਦ ਦਾ ਮੌਕਾ ਮਿਲਿਆ ਹੈ ਮੈਂ ਸਭ ਤੋਂ ਜਿਆਦਾ ਧੰਨਵਾਦ ਆਪਣੇ ਛੋਟੇ ਵੀਰ ਹਲਕਾ ਵਿਧਾਇਕ ਸ਼੍ਰੀ ਰਮਨ ਓੜਾਜ ਦਾ ਜਿਨ੍ਹਾਂ ਨੇ ਇਤਨਾ ਵੱਡਾ ਪ੍ਰਯਾਸ ਕਰਕੇ ਜੰਦਰ ਸ਼ਹਿਰ ਦੀ ਸਾਰੀ ਜਨਤਾ ਨੂੰ ਸਾਰੇ ਸੇਵਕਾਂ ਨੂੰ ਸਾਰੀਆਂ ਸੰਗਤਾਂ ਨੂੰ ਇਹ ਜੋ ਸਮਾਂ ਮਹੱਇਕ ਰਾਇਆ ਹੈ ਮੈਂ ਇਹਦੇ ਨੂੰ ਧੰਨਵਾਦ ਕਰਨਾ ਔਰ ਨਾਲ ਭਗਵਾਨ ਰਾਮ ਜੀ ਅਗੇ ਇੱਕ ਅਰਦਾਸ ਕਰਨਾ ਕਿ ਮੇਰੇ ਛੋਟੇ ਵੀਰ ਬ੍ਰੇਦਾਂ ਹੀ ਆਪਣੀ ਮਿਹਰ ਪਰਿਆ ਰੱਖਣਾ ਤਾਂ ਕਿ ਜਿਵੇਂ ਸਮਾਜ ਦੀ ਸੇਵਾ ਕਰਕੇ ਵਚਣ ਕਰ ਰਹੇ ਨੇ ਮੈਂ ਦੇਖ ਰਿਹਾ ਸਾਰੇ ਸ਼ਹਿਰ ਦੀਆਂ ਸਾਰੀਆਂ ਸੰਗਤਾਂ ਖਾਸ ਕਰਕੇ ਮਰੀਆਂ ਮਾਤਾ ਪੈਣਾ ਮੇਰੇ ਵੀਰ ਹਮ ਹਮ ਆ ਕੇ ਆਏ ਨੇ ਮੈਂ ਖਾਸ ਕਰਕੇ ਬਹੁਤ-ਬਹੁਤ ਵਧਾਈ ਦੇਣਾ ਚਾਹਨਾ ਸ਼੍ਰੀ ਬਾਲਾ ਜੀ ਸੇਵਾ ਕਸ਼ ਨਿਵਾਰਨ ਪਰਿਵਾਰ ਨੂੰ ਸਾਡੇ ਐਮ ਐਲ ਏ ਸਾਹਿਬ ਨੂੰ ਜਿਨ੍ਹਾਂ ਦੇ ਸਦਕਾ ਅਸੀਂ ਅੱਜ ਸਾਰੇ ਇੱਕ ਵਿਸ਼ਵ ਪ੍ਰਸਿੱਧ ਕਥਾਵਾਚਕ ਜਿਆ ਕਸ਼ੋਰੀ ਜੀ ਨੂੰ ਸੁਣਾਂਗੇ ਬਹੁਤ ਸਾਰੇ ਸਮਾਗਮ ਮੈਂ ਦੇਖਿਆ ਪਰ ਇਸ ਤਰੀਕੇ ਦਾ ਸਮਾਗਮ ਮੈਂ ਪਹਿਲੀ ਵਾਰ ਹੀ ਦੇਖਿਆ ਮੈਂ ਪੂਰੀ ਪੂਰੀ ਤੁਹਾਡੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਹੈ ਵਧਾਈ ਦੇਣਾ ਹੈ ਕਿ ਤੁਸੀਂ ਇਸ ਤਰੀਕੇ ਦਾ ਉਪਰਾਲਾ ਕੀਤਾ ਖਾਸ ਕਰਕੇ ਸਾਡੇ ਐਮਐਲਏ ਸਾਹਿਬ ਰਮਨ ਉਰਵੜਾ ਜੀ ਜਿਨ੍ਹਾਂ ਨੇ ਇਸ ਤਰੀਕੇ ਦਾ ਪ੍ਰੋਗਰਾਮ ਨੂੰ ਲਿਖਿਆ ਐਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਇਹਨੂੰ ਪ੍ਰੋਗਰਾਮ ਨੂੰ ਪਿਛਲੇ ਸਾਲ ਨਾਲੋਂ ਹੋਰ ਵਾਦਾ ਕੀਤਾ ਸੋ ਖਾਸ ਕਰਕੇ ਇਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹਨਾ ਹੁਣੇ ਮੈਨੂੰ ਐਮਐਲਏ ਸਾਹਿਬ ਦੱਸ ਰਹੇ ਸੀਗੇ ਕਿ ਇਸ ਪ੍ਰੋਗਰਾਮ ਨੂੰ ਜਦੋਂ ਅਸੀਂ ਪੂਰਾ ਤਿਆਰ ਕਰਦੇ ਹਾਂ ਇੱਕ ਇੱਕ ਵਾਲੰਟੀਅਰ ਨਾਲ ਆ ਕੇ ਕਿਦਾਂ ਇਸ ਵੱਡੇ ਪ੍ਰੋਗਰਾਮ ਨੂੰ ਇਸ ਲੈਵਲ ਤੇ ਲੈ ਕੇ ਆਂਦਾ ਸੋ ਹਰ ਉਸ ਤੁਹਾਡੀ ਟੀਮ ਦੇ ਮੈਂਬਰ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਤੇ ਵਧਾਈ ਦਿਨਾ ਜਿਹੜੇ ਇਸ ਵੱਡੇ ਪ੍ਰੋਗਰਾਮ ਨੂੰ ਇਸ ਲੈਵਲ ਤੇ ਲਿਆ ਕੇ ਸਫਲ ਬਣਾਉਂਦੇ ਆ